ਮੈਂ ਡਾਕਟਰ ਰਵਿੰਦਰ ਪਾਲ, ਸੀਨੀਅਰ ਮੈਡੀਕਲ ਆਫਿਸਰ ਇੰਚਾਰਜ ਸਿਵਲ ਹੋਸਪਿਟਲ ਜ਼ਿਲ੍ਹਾ। ਜਿਵੇਂ ਸਾਡੇ ਨੋਡਲ ਆਫਿਸਰ COVID-19 ਦੇ ਡਾਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਜਿਹੜੀ COVID-19 ਦੀ ਮਹਾਂਮਾਰੀ ਸੀ, ਪਿਛਲੇ ਸਾਲ ਤੋਂ ਆਪਾਂ ਨੂੰ ਪਤਾ ਹੀ ਹੈ ਕਿ ਚੱਲ ਰਹੀ ਸੀ, ਇੱਕ ਮਹੀਨੇ ਤੋਂ ਸਾਡੇ ਕੋਲ ਕੇਸ ਤਕਰੀਬਨ ਕੋਈ ਖਤਮ ਹੀ ਹੋ ਗਿਆ ਸੀ, ਨਹੀਂ ਆ ਰਹੇ ਸੀ ਪੋਜ਼ਿਟਿਵ ਕੇਸ। ਲੇਕਿਨ ਹੁਣ ਕੁਛ ਦਿਨਾਂ ਤੋਂ ਸਾਡੇ ਕੋਲ ਕੇਸ ਦੁਬਾਰਾ ਪੋਜ਼ਿਟਿਵ ਆਉਣੇ ਸ਼ੁਰੂ ਹੋ ਗਏ ਆ, ਜਿਨ੍ਹਾਂ ਬਾਰੇ ਉਹਨਾਂ ਨੇ ਤੁਹਾਨੂੰ ਦੱਸ ਹੀ ਦਿੱਤਾ ਸੀ। ਇਸ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ COVID-19 ਦੀ ਵੈਕਸੀਨੇਸ਼ਨ ਸ਼ੁਰੂ ਕੀਤੀ ਗਈ ਸੀ ਪਿਛਲੇ ਮਹੀਨੇ। ਇਸ ਸੰਸਥਾ ਦੇ ਵਿੱਚ 3 ਸੈਸ਼ਨ ਲੱਗੇ ਸੀ, 16 ਫਰਵਰੀ, 18 ਫਰਵਰੀ ਅਤੇ 22, ਜਿਹਦੇ ਵਿੱਚ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਦੀ ਟਰਨ ਸੀ, ਜਿਨ੍ਹਾਂ ਦੇ ਤਹਿਤ ਸਾਡੇ ਕੋਲ ਕੁੱਲ 13 ਹੈਲਥ ਕੇਅਰ ਵਰਕਰਸ ਨੇ ਇੰਜੈਕਸ਼ਨ ਲਵਾਏ ਸੀ। ਬਾਕੀ ਹੁਣ ਉਹਨਾਂ ਦੀ ਸੈਕਿੰਡ ਡੋਜ਼ ਜਿਹੜੀ ਹੈ ਫਿਰੋਜ਼ਪੁਰ ਲੱਗ ਰਹੀ ਹੈ, ਅਤੇ ਜੋ ਸਰਕਾਰ ਦੀਆਂ ਹਦਾਇਤਾਂ ਦੇ ਮੁਤਾਬਿਕ ਹੁਣ ਨੈਕਸਟ ਜਿਹੜੇ ਫਰੰਟਲਾਈਨ ਵਰਕਰਸ, ਜਿਨ੍ਹਾਂ ਵਿੱਚ ਪੁਲਿਸ ਅਤੇ ਮਿਲਟਰੀ ਫੋਰਸਿਸ ਦੇ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ, ਉਹ ਡਿਸਟ੍ਰਿਕਟ ਹੋਸਪਿਟਲ ਫਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਦੇਖਣ ਵਿੱਚ ਇਹ ਆਇਆ ਕਿ ਜਿੰਨੇ ਵੀ ਹੈਲਥ ਕੇਅਰ ਵਰਕਰ ਸੀ ਉਹ ਕਾਫੀ ਘੱਟ ਮਾਤਰਾ ਦੇ ਵਿੱਚ ਸੀਗੇ ਜਿਨ੍ਹਾਂ ਨੇ ਵੈਕਸੀਨੇਸ਼ਨ ਕਰਵਾਈ। ਇਸ ਗੱਲ ਨੂੰ ਗੰਭੀਰਤਾ ਨਾਲ ਲੈਂਦਿਆਂ ਹੋਇਆਂ ਸਾਡੇ ਮਾਣਯੋਗ ਸਿਹਤ ਮੰਤਰੀ ਜੀ ਸਰਦਾਰ ਬਲਵੀਰ ਸਿੰਘ ਸਿੱਧੂ ਸਾਹਿਬ ਨੇ ਇਹ ਐਲਾਨ ਕੀਤਾ ਕਿ ਜਿਨ੍ਹਾਂ ਨੇ ਇੰਜੈਕਸ਼ਨ ਜਾਂ ਵੈਕਸੀਨੇਸ਼ਨ ਨਹੀਂ ਕਰਵਾਈ ਉਹਨਾਂ ਨੂੰ ਮੁਫਤ ਇਲਾਜ ਦੀ ਸਹੂਲਤ ਨਹੀਂ ਦਿੱਤੀ ਜਾਵੇਗੀ। ਅਤੇ ਜਦੋਂ ਕਿਸੇ ਨੂੰ ਇਨਫੈਕਸ਼ਨ ਹੋ ਜਾਂਦੀ ਸੀ ਤਾਂ ਉਹਨਾਂ ਨੂੰ ਅਸੀਂ ਆਈਸੋਲੇਟ ਕਰ ਦਿੰਦੇ ਸੀ, 17 ਦਿਨ ਦੀ ਲੀਵ ਵਿਦ ਸੈਲਰੀ ਮਿਲਦੀ ਸੀ, ਉਹ ਵੀ ਉਹਨਾਂ ਨੇ ਕਿਹਾ ਵੀ ਉਸ ਸਹੂਲਤ ਤੋਂ ਉਹ ਵਾਂਝੇ ਰਹਿ ਜਾਣਗੇ। ਇਸ ਕਰਕੇ ਮੈਂ ਸਾਰੇ ਹੀ ਫਰੰਟਲਾਈਨ ਵਰਕਰਸ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਇਸ ਜਿਹੜੀ ਵੈਕਸੀਨੇਸ਼ਨ ਆ ਇਹਦੇ ਤੋਂ ਆਪਾਂ ਫਾਇਦਾ ਉਠਾਈਏ ਤਾਂ ਕਿ COVID-19 ਦੀ ਰੋਕਥਾਮ ਹੋ ਸਕੇ। ਜਿਵੇਂ ਆਪਾਂ ਸਾਰੇ ਜਾਣਦੇ ਹਾਂ, ਪ੍ਰਵੈਂਸ਼ਨ ਇਜ਼ ਬੈਟਰ ਦੈਨ ਕਿਓਰ। ਇਹ ਵੈਕਸੀਨੇਸ਼ਨ ਜਿਹੜੀ ਆ ਇਹ ਪ੍ਰਿਵੈਂਟਿਵ ਮੈਜਰ ਆ ਤਾਂ ਕਿ ਬਿਮਾਰੀ ਜਿਹੜੀ ਆ ਇਹ ਫੈਲ ਨਾ ਸਕੇ। ਸਰਕਾਰ ਦੀਆਂ ਹਦਾਇਤਾਂ ਮੁਤਾਬਕ, ਗਾਈਡਲਾਈਨਸ ਦੇ ਮੁਤਾਬਕ, ਜਿਵੇਂ ਜਿਵੇਂ ਕੈਟਾਗਰੀ ਵਾਈਜ਼ ਟਰਨ ਆਉਂਦੀ ਜਾਏਗੀ ਉਹਨਾਂ ਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਕਰਵਾਉਣੀ ਚਾਹੀਦੀ ਆ। ਇਸ ਤੋਂ ਇਲਾਵਾ ਇੱਥੇ ਮੈਂ ਹੋਰ ਦੱਸਣਾ ਚਾਹਾਂਗਾ ਕਿ ਜਿਵੇਂ ਕਿ ਸਰਕਾਰ ਦੀ ਮੁਹਿੰਮ ਚਲਾਈ ਜਾ ਰਹੀ ਹੈ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ, ਇਸ ਮੁਹਿੰਮ ਦੇ ਤਹਿਤ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਕਾਰਡ ਜਿਹੜੇ ਸਾਡੇ ਮੁਹੱਲਿਆਂ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਬਣਾਏ ਜਾ ਰਹੇ ਆ, ਸਟੇਟ ਹੈਲਥ ਏਜੰਸੀਜ਼ ਆ ਰਹੀਆਂ ਨੇ ਸਾਡੇ ਕੋਲ। ਇਸ ਲੜੀ ਦੇ ਤਹਿਤ ਸਾਡੇ ਜ਼ਿਲ੍ਹੇ ਦੇ ਵਿੱਚ 2 ਮਾਰਚ ਅਤੇ 3 ਮਾਰਚ ਨੂੰ ਇੱਥੇ ਕਾਰਡ ਬਣਾਏ ਜਾਣਗੇ ਵੱਖ ਵੱਖ ਏਰੀਆਜ਼ ਦੇ ਵਿੱਚ, ਜਿਹਦੇ ਬਾਰੇ ਅਸੀਂ ਤੁਹਾਨੂੰ ਅਨਾਊਂਸਮੈਂਟ ਦੇ ਰਾਹੀਂ ਦੱਸ ਦਿਆਂਗੇ। ਅਤੇ ਮੈਂ ਇਹ ਅਪੀਲ ਕਰਦਾ ਕਿ ਇਹ ਕਾਰਡ ਬਣਵਾਉਣ ਵਾਸਤੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਓ, ਵੱਧ ਤੋਂ ਵੱਧ ਸ਼ਮੂਲੀਅਤ ਕਰੋ ਅਤੇ ਸਰਕਾਰ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਧੰਨਵਾਦ।